वाहेगुरु जी का खालसा, वाहेगुरु जी की फतेह। मैं बलजीत सिंह, आप सारी संगत का एक बार फिर अपने यूट्यूब चैनल निर्भव निर्वैर से स्वागत करता हूँ। अज असी खलोते हाँ ग्वालियर की उस पावन धरती से जिथे छेवीं पातशाही धन श्री गुरु हरगोबिंद सिंह साहिब जी ने मुगल बादशाह जहंगीर के कैद विचों पावन राजावां नूं मुक्त कराया सी। ते नाल ही नाल इस दिहाड़े नूं सिख इतिहास च सिख दिवाली के नाम से जानिया जाता है। ते इस दिन नूं बंदी छोड़ दिवस के नाम नाल भी जानिया जाता है। ते अज असी आप सारी संगत नूं इतिहासिक गुरद्वारा बंदी छोड़ के दर्शन करावांगे। ते नाल ही नाल इहदे इतिहास नाल भी तुहानूं रूबरू करवावांगे। वाहेगुरू जी का खालसा, वाहेगुरू जी की फतेह। गुरु की प्यारी साध संगत जीओ, आप जी बड़े वड्डिया भागा वाले हो, जेड़े मेरी पीढ़ी के मालक दाता बंदी छोड़ गुरु हरगोबिंद साहब सच्चे पातशाह जी दे चरण छो प्रापत पवित्र अस्थान गुरद्वारा दाता बंदी छोड़ विखे दर्शन दिदारे कर रहे हो। गुरु हरगोबिंद साहब सच्चे पातशाह जी ने बड़ा वड्डा परोपकार किया है। गुरु दियां संगतां, गुरु हरगोबिंद साहब सच्चे पातशाह जी दे 400 साल बंदी छोड़ दिवस की शताब्दी मना रहा है। गुरु दियां संगतां नगर कीर्तन के रूप में दूरों नेड़ों हाजरियां भर रही हैं। बहुत सारिया संगतां रोज़ दर्शन मेले करने वास्ते आ रही हैं। संगतां विच बड़ा उत्साह है। गुरु हरगोबिंद साहब सच्चे पातशाह जी ने 400 साल पहला इस किले विच अपने पवित्र चरण पाए। जहांगीर बादशाह ने अपने हथीं लिखी पुस्तक तुझके जहांगीर विच उसने गुरु नानक देव दे दरबार नूं कूड़ दी दुकान लिखा है। जहांगीर कोई बहाना लभ रहा सी जिहदे नाल गुरु अर्जन देव जी नूं खत्म कर दिता जावे।
ਉਸਦਾ ਵਿਚਾਰ ਸੀ ਵੀ ਇਸ ਤਰ੍ਹਾਂ ਕਰਨ ਦੇ ਨਾਲ ਇਹ ਦੁਕਾਨ ਸਦਾ ਵਾਸਤੇ ਬੰਦ ਹੋ ਜਾਵੇਗੀ। ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਉੱਤੇ ਝੂਠਾ ਬਹਾਨਾ ਬਣਾ ਕੇ ਵੀ ਇਹਨਾਂ ਨੇ ਗੁਰੂ ਖੁਸਰੋ ਨੂੰ ਪਨਾਹ ਦਿੱਤੀ ਹੈ, ਸੱਚੇ ਪਾਤਸ਼ਾਹ ਜੀ ਨੂੰ 1.5 ਲੱਖ ਰੁਪਇਆ ਜੁਰਮਾਨਾ ਕੀਤਾ ਜਿਸ ਦਾ ਗੁਰੂ ਅਰਜਨ ਦੇਵ ਜੀ ਨੇ ਭਰਨ ਤੋਂ ਇਨਕਾਰ ਕਰ ਦਿੱਤਾ। ਫਿਰ ਜਹਾਂਗੀਰ ਨੇ ਲਾਹੌਰ ਦੇ ਸੂਬੇ ਮੁਰਤਜ਼ਾ ਖਾਨ ਨੂੰ ਹੁਕਮ ਦਿੱਤਾ ਵੀ ਗੁਰੂ ਅਰਜਨ ਦੇਵ ਜੀ ਨੂੰ ਬੇਅੰਤ ਕਸ਼ਟ ਦੇ ਕੇ ਖਤਮ ਕਰ ਦਿੱਤਾ ਜਾਵੇ। ਉਹਨਾਂ ਦਿਨਾਂ ਵਿੱਚ ਇਸ ਤਸੀਹੇ ਦੇਣ ਦਾ ਪਹਿਰਾ ਚੰਦੂ ਦਾ ਲਾਇਆ ਗਿਆ। ਚੰਦੂ ਗੁਰੂ ਘਰ ਨਾਲ ਈਰਖਾ ਰੱਖਦਾ ਸੀ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਲਾਹੌਰ ਦੇ ਵਿੱਚ ਸ਼ਹਾਦਤ ਹੋਈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਵਿਚਾਰ ਕੀਤਾ ਵੀ ਹੁਣ ਸਮਾਂ ਇਹੋ ਜਿਹਾ ਆ ਗਿਆ ਹੈ, ਧਰਮ ਦੀ ਰੱਖਿਆ ਸ਼ਾਂਤੀ ਨਾਲ ਨਹੀਂ ਹੋ ਸਕਦੀ, ਸੰਤ ਤੋਂ ਸੰਤ ਸਿਪਾਹੀ ਤਿਆਰ ਕਰਨੇ ਪੈਣਗੇ। ਗੁਰੂ ਸਾਹਿਬ ਨੇ ਆਪ ਗੁਰਗੱਦੀ 'ਤੇ ਵਿਰਾਜਮਾਨ ਹੋਣ ਲੱਗਿਆਂ ਸ਼ੈਲੀ ਟੋਪੀ ਦੀ ਥਾਂ 'ਤੇ ਉਹਨਾਂ ਨੇ 2 ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕੀਤੀਆਂ। ਜਿਹੜਾ ਗੁਰੂ ਅਰਜਨ ਦੇਵ ਜੀ ਨੂੰ 1.5 ਲੱਖ ਰੁਪਇਆ ਜੁਰਮਾਨਾ ਕੀਤਾ ਸੀ ਉਹਦੇ ਨਾਂ ਭਰਨ ਦਾ ਕਾਰਨ ਬਣਾ ਕੇ ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ 12 ਸਾਲ ਦੀ ਕੈਦ ਸੁਣਾ ਕੇ ਬੰਦ ਕੀਤਾ ਗਿਆ। ਗੁਰੂ ਮਹਾਰਾਜ ਦੇ ਆਉਣ ਤੋਂ ਪਹਿਲਾਂ ਇਸ ਕਿਲ੍ਹੇ ਵਿੱਚ 52 ਹਿੰਦੂ ਰਾਜੇ ਅਤੇ 450 ਲੋਕਲ ਕੈਦੀ ਕੈਦ ਸਨ। ਇਹਨਾਂ ਕੈਦੀਆਂ ਨੂੰ ਬੜੇ ਤਸੀਹੇ ਦਿੱਤੇ ਜਾਂਦੇ ਸੀ। ਖਾਣੇ ਵਿੱਚ ਵੀ ਇਹਨਾਂ ਨੂੰ ਕੱਚੇ ਜ਼ਹਿਰ ਮਿਲਾ ਕੇ ਦਿੱਤੇ ਜਾਂਦੇ ਸੀ। ਇਹ ਦੁਖੀ ਜੀਵ ਰੋਜ਼ ਪਰਮੇਸ਼ਰ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਸੀ, ਮਹਾਰਾਜ ਸਾਡਾ ਵੀ ਦੁਖੀਆਂ ਦਾ ਦੁੱਖ ਦੂਰ ਕਰੋ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਦੁਖੀ ਜੀਵਾਂ ਦੀ ਪੁਕਾਰ ਸੁਣ ਕੇ ਕੋਈ ਨਾ ਕੋਈ ਸੰਸਾਰਕ ਬਹਾਨਾ 'ਤੇ ਬਣਨਾ ਹੀ ਸੀ, ਆਪ ਕੈਦੀ ਦੇ ਰੂਪ ਵਿੱਚ ਇੱਥੇ ਇਹਨਾਂ ਦੀ ਬੰਦ ਖਲਾਸ ਕਰਨ ਵਾਸਤੇ ਪੁੱਜੇ। ਜਹਾਂਗੀਰ ਉਹਨਾਂ ਦਿਨਾਂ 'ਚ ਬਹੁਤ ਬਿਮਾਰ ਹੋ ਗਿਆ ਸੀ। ਉਹਦੀ ਬੇਗਮ ਨੂਰ ਜਹਾਂ ਨੇ ਸਾਈਂ ਮੀਆਂ ਮੀਰ ਅੱਗੇ ਜਾ ਕੇ ਫਰਿਆਦ ਕੀਤੀ ਵੀ ਤੁਸੀਂ ਖੁਦਾ ਦੇ ਅੱਗੇ ਅਰਦਾਸ ਕਰੋ, ਖੁਦਾ ਜਹਾਂਗੀਰ ਨੂੰ ਤੰਦਰੁਸਤੀ ਬਖਸ਼ੇ। ਸਾਈਂ ਮੀਆਂ ਮੀਰ ਨੇ ਬੜੇ ਤਕੜੇ ਹੋ ਕੇ ਆਖਿਆ ਵੀ ਜਿੰਨਾ ਚਿਕਰ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਇਸ ਕਿਲ੍ਹੇ ਵਿੱਚੋਂ ਰਿਹਾ ਨਹੀਂ ਕਰਦੇ ਉਹਨਾਂ ਚਿਕਰ ਤੁਹਾਨੂੰ ਤੰਦਰੁਸਤੀ ਨਹੀਂ ਮਿਲ ਸਕਦੀ। ਜਹਾਂਗੀਰ ਨੇ ਮਜਬੂਰ ਹੋ ਕੇ ਫਿਰ ਗੁਰੂ ਸਾਹਿਬ ਨੂੰ ਚਿੱਠੀ ਲਿਖ ਕੇ ਭੇਜੀ ਵੀ ਤੁਸੀਂ ਇਸ ਕਿਲ੍ਹੇ ਵਿੱਚੋਂ ਬਾਹਰ ਆਓ। ਗੁਰੂ ਮਹਾਰਾਜ ਨੇ ਰਿਹਾਈ ਦੇ ਹੁਕਮ ਵੀ ਭੇਜੇ। ਜਦ ਇਸ ਅਸਥਾਨ 'ਤੇ ਗੁਰੂ ਮਹਾਰਾਜ ਨੂੰ ਚਿੱਠੀ ਮਿਲੀ, ਇਹਨਾਂ ਰਾਜਿਆਂ ਨੂੰ ਪਤਾ ਲੱਗਾ। ਰਾਜੇ ਪਹਿਲਾਂ ਤਾਂ ਬੜੇ ਖੁਸ਼ ਹੋਏ, ਫਿਰ ਬੜੇ ਉਦਾਸ ਹੋ ਗਏ। ਜਦ ਉਹਨਾਂ ਨੂੰ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਕਿਹਾ, ਸੱਚੇ ਪਾਤਸ਼ਾਹ ਜੀਓ, ਸਾਨੂੰ ਬੜੀ ਖੁਸ਼ੀ ਹੈ ਵੀ ਸਾਡਾ ਇੱਕ ਸਾਥੀ ਕਿਲ੍ਹੇ ਵਿੱਚੋਂ ਬਾਹਰ ਜਾ ਰਿਹਾ ਹੈ, ਕਿਉਂਕਿ ਅੱਜ ਤੱਕ ਜਿੰਨੇ ਵੀ ਕੈਦੀ ਆਏ ਨੇ ਕੋਈ ਜੀਂਦਾ ਕਿਲ੍ਹੇ ਵਿੱਚੋਂ ਬਾਹਰ ਨਹੀਂ ਗਿਆ। ਪਰ ਜੇ ਤੁਸੀਂ ਸਾਨੂੰ ਇੱਥੋਂ ਛੱਡ ਕੇ ਚਲੇ ਗਏ ਤਾਂ ਸਾਡੀ ਫਿਰ ਉਹੀ ਦੁਰਦਸ਼ਾ ਹੋਵੇਗੀ। ਗੁਰੂ ਮਹਾਰਾਜ ਕਹਿਣ ਲੱਗੇ, ਤੁਸੀਂ ਕੋਈ ਚਿੰਤਾ ਨਾ ਕਰੋ, ਅਸੀਂ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਜਾਵਾਂਗੇ। ਗੁਰੂ ਮਹਾਰਾਜ ਨੇ ਜਹਾਂਗੀਰ ਨੂੰ ਚਿੱਠੀ ਲਿਖ ਕੇ ਭੇਜ ਦਿੱਤੀ ਵੀ ਜਿੰਨਾ ਚਿਕਰ ਇੱਥੋਂ ਦੇ ਸਾਰੇ ਕੈਦੀ ਨਾ ਅਤੇ ਰਾਜੇ ਨਾ ਛੱਡੇ ਜਾਣ, ਮੈਂ ਇਸ ਕਿਲ੍ਹੇ ਵਿੱਚੋਂ ਬਾਹਰ ਨਹੀਂ ਆਉਣਾ। ਜਦ ਜਹਾਂਗੀਰ ਨੂੰ ਚਿੱਠੀ ਮਿਲੀ ਉਹ ਬੜਾ ਚਿੰਤਿਤ ਹੋਇਆ ਵੀ ਬੜੀ ਮੁਸ਼ਕਲ ਨਾਲ ਇਹਨਾਂ ਰਾਜਾਂ ਨੂੰ ਬੰਦੀ ਬਣਾਇਆ ਹੈ ਅਤੇ ਜੇ 52 ਦੇ 52 ਰਾਜੇ ਬਾਹਰ ਆ ਗਏ, ਹੋ ਸਕਦਾ ਕੋਈ ਵੱਡੀ ਬਗਾਵਤ ਖੜ੍ਹੀ ਹੋ ਜਾਵੇ। ਉਹ ਫਿਰ ਬੜਾ ਚਲਾਕ ਪਾਤਸ਼ਾਹ ਸੀ, ਉਹਨੇ ਗੁਰੂ ਸਾਹਿਬ ਨੂੰ ਚਿੱਠੀ ਲਿਖ ਕੇ ਭੇਜੀ ਵੀ ਜਿਤਨੇ ਰਾਜੇ ਤੁਹਾਡੇ ਪੱਲੇ ਨੂੰ ਫੜ ਕੇ ਆ ਸਕਦੇ ਨੇ ਉਹਨਾਂ ਨੂੰ ਤੁਸੀਂ ਬਾਹਰ ਲੈ ਆਓ। ਜਹਾਂਗੀਰ ਦਾ ਵਿਚਾਰ ਸੀ ਜ਼ਿਆਦਾ 2-4 ਜਣੇ ਇੱਕ ਬੰਦੇ ਦਾ ਕਿੰਨੇ ਕੁ ਬੰਦੇ ਦਾ ਲੜ ਫੜ ਲੈਣਗੇ। ਉਹਦਾ ਇਹ ਵੀ ਵਿਚਾਰ ਸੀ ਵੀ ਹਿੰਦੂ ਰਾਜਪੂਤ ਰਾਜੇ ਬਹੁਤ ਅਣਖ ਵਾਲੇ ਹੁੰਦੇ ਆ, ਇਹ ਕਿਸੇ ਬੰਦੇ ਦਾ ਆਦਮੀ ਦਾ ਲੜ ਨਹੀਂ ਫੜਨਗੇ, ਕਿਉਂਕਿ ਲੜ ਹਮੇਸ਼ਾ ਔਰਤਾਂ ਫੜਿਆ ਕਰਦੀਆਂ ਨੇ। ਪਰ ਇਹ ਤਾਂ ਉਹਦੇ ਮਨ ਦਾ ਭੁਲੇਖਾ ਹੀ ਸੀ। ਇਹ ਰਾਜੇ ਅਤੇ ਕੈਦੀ ਅਤੇ ਗੁਰੂ ਸਾਹਿਬ ਦੇ ਚਰਨ ਧੋ ਕੇ ਵੀ ਪੀਣ ਨੂੰ ਤਿਆਰ ਸੀ। ਜਦ ਗੁਰੂ ਸਾਹਿਬ ਨੂੰ ਇੱਥੇ ਚਿੱਠੀ ਮਿਲੀ, ਗੁਰੂ ਮਹਾਰਾਜ ਨੇ ਇੱਕ ਚੋਲਾ ਤਿਆਰ ਕਰਵਾਇਆ, ਉਹਨੂੰ 52 ਕਲੀਆਂ ਲਵਾਈਆਂ। ਗੁਰੂ ਸਾਹਿਬ ਨੇ ਉਹ ਚੋਲਾ ਪਹਿਨ ਕੇ ਇੱਕ ਇੱਕ ਰਾਜੇ ਨੂੰ ਇੱਕ ਇੱਕ ਕਲੀ ਫੜਾ ਕੇ 52 ਦੇ 52 ਰਾਜੇ ਇਸ ਕਿਲ੍ਹੇ ਵਿੱਚੋਂ ਬਾਹਰ ਕੱਢੇ। ਇਸ ਕਿਲ੍ਹੇ ਦੇ ਦਰੋਗੇ ਨੇ ਨਾਰਾ ਲਾਇਆ, ਜੈ ਦਾਤਾ ਬੰਦੀ ਛੋੜ, ਵੀ ਬੰਦੀਆਂ ਨੂੰ ਛੁਡਾਉਣ ਵਾਲੇ ਦਾਤੇ ਦੀ ਜੈ ਹੋਵੇ। ਉਸ ਦਿਨ ਤੋਂ ਇਸ ਅਸਥਾਨ ਦਾ ਨਾਮ ਦਾਤਾ ਬੰਦੀ ਛੋੜ ਪਿਆ। ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੂਹ ਪ੍ਰਾਪਤ ਇਸ ਗੁਰਦੁਆਰੇ ਦੀ ਖੂਬਸੂਰਤੀ ਦੇਖਦੇ ਨਹੀਂ ਬਣਦੀ।
ਤੇ ਇਸ ਨੂੰ ਜਵਾਨੀ ਬਿਆਨ ਨਹੀਂ ਕੀਤਾ ਜਾ ਸਕਦਾ। ਸਾਲਾ ਬੰਦੀ ਛੋੜ ਸ਼ਤਾਬਦੀ ਨੂੰ ਸਮਰਪਿਤ ਸੰਗਤ ਰਾਹੀਂ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਵਿਸ਼ਾਲ ਨਗਰ ਕੀਰਤਨ ਕੱਢੇ ਗਏ, ਜਿਹਦੇ 'ਚ ਦੂਰੋਂ ਨੇੜੇ ਆਈਆਂ ਸੰਗਤਾਂ ਨੇ ਦਰਸ਼ਨ ਦੀਦਾਰੇ ਕਰ ਆਪਣੇ ਜੀਵਨ ਸਫਲ ਕੀਤੇ।
400 साला शताब्दी समागम नू समर्पित वड्डी गिनती च आई संगता लई रुकन दे चाह पानी ते लंगर दे बड़े ही तगड़े इंतजाम किए गए। गुरु महाराज की कृपा सदके गुरु दे लंगर दी सेवा 24 घंटे वर्ती। देश विदेश च बैठी सारी संगत नू जेड़ी इस वीडियो नू देख रहे ने बेनती करता है कि संगत इस पावन धरती ते आके दाता बंदी छोड़ गुरुद्वारे दे दर्शन दीदार कर अपना जीवन सफल करन जी। वाहे गुरु जी का खालसा, वाहे गुरु जी की फतेह। जे तुहानू साडी एह वीडियो चंगी लगी होए ते साडे चैनल निर्भव निर्वैर नू लाइक शेयर ते सब्सक्राइब जरूर करना ते बैल आइकन दबाना ना भुलना।